ਦਾਜ ਦੇ ਲਾਲਚੀਆਂ ਵੱਲੋਂ ਇੱਕ ਹੋਰ ਵਿਅਹਤਾ ਨੂੰ ਤੰਗ ਕਰਨ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਗਿੱਦੜਵਾਹਾ ਪੁਲਿਸ ਨੇ ਰਮਨਦੀਪ ਕੌਰ ਦੇ ਬਿਆਨਾਂ ਦੇ ਆਧਾਰ ਤੇ ਦਾਜ ਲਈ ਤੰਗ ਪਰੇਸ਼ਾਨ ਕਰਨ ਅਤੇ ਮਾਰਕੁੱਟ ਕਰਨ ਦਾ ਮੁਕੱਦਮਾ ਦਰਜ ਕੀਤਾ ਹੈ। ਰਮਨਦੀਪ ਕੌਰ ਨੇ ਆਪਣੇ ਬਿਆਨਾਂ ਵਿੱਚ ਪੁਲਿਸ ਨੂੰ ਦੱਸਿਆ ਕਿ ਉਸਦੇ ਸਹੁਰੇ ਪਰਿਵਾਰ ਵੱਲੋਂ ਦਾਜ ਲਈ ਉਸਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾਂਦਾ ਸੀ। ਉਸਨੇ ਦੱਸਿਆ ਕਿ ਮੇਰੇ ਮਾਪਿਆਂ ਨੇ ਮੇਰੇ ਸਹੁਰੇ ਘਰ ਵਿੱਚ ਬਸਾਉਣ ਲਈ 3 ਵਾਰ ਪੰਚਾਇਤਾਂ ਕੀਤੀਆਂ ਪਰ ਮੇਰੇ ਸਹੁਰੇ ਘਰਦਿਆਂ ਉੱਤੇ ਇਸਦਾ ਕੋਈ ਅਸਰ ਨਹੀਂ ਹੋਇਆ, ਜਿਸ ਨੂੰ ਵੇਖਦਿਆਂ ਗਿੱਦੜਵਾਹਾ ਪੁਲਿਸ ਨੇ ਰਮਨਦੀਪ ਦੇ ਸਹੁਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ। ਮੇਰਾ ਨਾਂ ਜੀ ਬਲਜੀਤ ਸਿੰਘ ਹੈ ਜੀ। ਪਿੰਡ ਬਮੀਹਾ ਹੈ ਜੀ ਮੇਰਾ, ਅਤੇ 1.5 ਕੁ ਸਾਲ ਹੋ ਗਿਆ ਜੀ ਮੇਰੀ ਲੜਕੀ ਹੋਸਨਾਰ ਵਿਆਹੀ ਨੂੰ, ਅਤੇ ਤੰਗ ਪੰਗ ਕਰਦੇ ਸੀਗੇ ਪਰੇਸ਼ਾਨ ਜੀ, ਅਤੇ ਦਾਜ ਹੋਰ ਦਿਓ, ਦਾਜ ਘੱਟ ਦਿੱਤਾ। ਫਿਰ ਜੀ ਉਹ ਲੜਕੀ ਨੇ ਮੈਨੂੰ ਮਹੀਨੇ ਕੁ ਬਾਅਦ ਦੱਸਿਆ ਵੀ ਮੈਨੂੰ ਤੰਗ ਪੰਗ ਕਰਦੇ ਆ ਦਾਜ ਪਿੱਛੇ, ਦਾਜ ਇਹਨਾਂ ਨੂੰ ਕੁਛ ਹੋਰ ਵੀ ਦੇ ਦਿੱਤਾ ਸੀਗਾ। ਫਿਰ ਜੀ ਉਹਨਾਂ ਨੂੰ ਨਾ ਸਬਰ ਆਇਆ। ਫਿਰ ਜੀ ਮੈਂ ਲੜਕੀ ਨੂੰ ਫਿਰ ਤੰਗ ਫੰਗ ਕਰਨ ਲੱਗ ਗਏ, ਅਤੇ ਮੈਂ ਪੰਚਾਇਤ ਰਾਹੀਂ ਗੱਲਬਾਤ ਕੀਤੀ, ਦੋਨਾਂ ਪਿੰਡਾਂ ਦੀ ਪੰਚਾਇਤ ਸੀਗੀ, 6-7 ਵਾਰੀ ਪੰਚਾਇਤਾਂ ਹੋਈਆਂ ਜੀ। ਅਖੀਰ ਨੂੰ ਪੰਚਾਇਤ ਨੇ ਕਹਿਤਾ ਜੀ ਇਹ ਆਵਾਜ਼ ਆਉਂਦਾ ਨਹੀਂ, ਜੋ ਕਾਨੂੰਨੀ ਕਾਰਵਾਈ ਆ ਕਰ ਲਾ, ਅਸੀਂ ਤੇਰੇ ਨਾਲ ਸਹਿਮਤ ਹੈ। ਦੋਨਾਂ ਪਿੰਡਾਂ ਦੀ ਪੰਚਾਇਤਾਂ ਮੇਰੇ ਨਾਲ ਸਹਿਮਤ ਸੀਗੀਆਂ, ਅਤੇ ਮੈਂ ਜੀ ਫਿਰ ਮੁਕਤਸਰ ਸਾਹਿਬ ਮਹਿਲਾ ਮੰਡਲ 'ਚ ਦਰਖਾਸਤ ਦੇਤੀ ਸੀਗੀ ਜੀ। ਉਹਨਾਂ ਨੇ ਆਖ ਵੇਖ ਕੇ ਕੁੜੀ ਸਹੁਰਾ ਪਰਿਵਾਰ ਹੋਸਨਾਰ ਧਰਾਤੀ ਸੀਗੀ ਜੀ। ਕੁਛ ਦਿਨਾਂ ਬਾਅਦ ਜੀ ਗੱਲ 'ਚ ਚੁੰਨੀ ਪਾ ਕੇ ਕੁੱਟਮਾਰ ਕੀਤੀ ਬਹੁਤ ਜ਼ਿਆਦਾ ਕੁੜੀ ਦੀ, ਅਤੇ ਮੈਨੂੰ ਕਿਸੇ ਦਾ ਫੋਨ ਗਿਆ ਸੀਗਾ ਜੀ ਵੀ ਤੁਹਾਡੀ ਕੁੜੀ ਨੂੰ ਐਂ ਕਰਕੇ ਕੁੱਟਮਾਰ ਹੋਈ ਜਾਂਦੀ ਹੈ ਅਤੇ ਤੂੰ ਆ ਕੇ ਕੁੜੀ ਲੈ ਜਾ। ਮੈਂ ਜਦੋਂ ਆਇਆ ਉਹ ਜੀ ਕਾਫੀ ਇਹਦੀ ਕੁੱਟਮਾਰ ਕਰੀ ਸੀਗੀ, ਸੱਟਾਂ ਫੱਟਾਂ 'ਤੇ ਵੱਜੀਆਂ ਹੋਈਆਂ ਸੀਗੀਆਂ, ਅਤੇ ਮੈਂ ਜੀ ਇੱਥੇ ਗਿੱਦੜਵਾ ਹਸਪਤਾਲ ਦਾਖਲ ਕਰਾਤੀ। ਦਾਖਲ ਕਰਾ ਕੇ ਅਤੇ ਮੈਂ ਜੀ ਮਹਿਲਾ ਮੰਡਲ ਮੁਕਤਸਰ ਸਾਹਿਬ ਆ ਗਿਆ। ਉੱਥੇ ਜੀ ਉਹ ਮੈਡਮ ਜਸਵਿੰਦਰ ਕੌਰ ਨੇ ਜੀ ਪਰਚਾ ਕੱਟਤਾ ਇਹਨਾਂ 'ਤੇ, ਪਰਚਾ ਕੱਟਤਾ ਅਤੇ ਐਸ ਵੀ ਸਾਹਿਬ ਨੇ ਇਨਕੁਆਇਰੀ ਲਵਾ ਤੀ ਸੀਗੀ, SSV ਸਾਹਿਬ ਨੇ, ਜਸਪਾਲ ਸਿੰਘ SHV ਦੀ ਜੀ। ਉਹਨੇ ਜੀ ਇਨਕੁਆਇਰੀ ਕਰਕੇ ਰਿਪੋਰਟ ਸਾਡੇ ਹੱਕ ਦੇ ਵਿੱਚ ਦੇ ਤੀ SSV ਸਾਹਿਬ ਨੂੰ ਵੀ ਜੋ ਦੋਸ਼ੀ ਹੈ ਸਹੀ ਹੈ ਅਤੇ ਇਹਨਾਂ ਦੇ ਪਰਚਾ ਕੱਟਿਆ ਜਾਣਾ ਜੀ। ਮੇਰਾ ਨਾਂ ਰਮਨਦੀਪ ਕੌਰ ਆ ਜੀ। ਮੇਰਾ ਸਹੁਰਾ ਪਰਿਵਾਰ ਮੈਨੂੰ ਤੰਗ ਪਰੇਸ਼ਾਨ ਕਰਦਾ ਸੀਗਾ, ਪਹਿਲਾਂ ਤਾਂ ਮੈਂ ਦੱਸਿਆ ਨਹੀਂ। 1 ਮਹੀਨੇ ਬਾਅਦ ਜਦੋਂ ਇਹ ਨਾ ਸੁਧਰੇ ਮੈਂ ਆਪਦੇ ਡੈਡੀ ਨੂੰ ਦੱਸਤਾ, ਉਸ ਤੋਂ ਬਾਅਦ ਮੇਰੇ ਡੈਡੀ ਨੇ ਪੰਚਾਇਤਾਂ ਕੀਤੀਆਂ, ਪੰਚਾਇਤਾਂ ਦੇ ਵਿੱਚ ਵੀ ਨਾ ਇਹ ਸੁਧਰੇ, ਅਤੇ ਉਹਨਾਂ ਨੇ ਕਿਹਾ ਵੀ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਹੈ ਆਪਦੀ ਉਹ ਕਰ ਲਓ। ਉਸ ਤੋਂ ਬਾਅਦ ਅਸੀਂ ਬਹੁਮਨ ਸੈੱਲ ਦੇ ਵਿੱਚ ਇਹਨਾਂ ਖਿਲਾਫ਼ ਰਿਪੋਰਟ ਦਰਜ ਕਰਵਾ ਦਿੱਤੀ ਸੀਗੀ, ਅਤੇ ਫਿਰ ਵੀ ਨਹੀਂ, ਉਹਨਾਂ ਨੇ ਬਹੁਮਨ ਸੈੱਲ ਵਾਲਿਆਂ ਨੇ ਮੈਨੂੰ ਸਹੁਰੇ ਪਰਿਵਾਰ ਤਰਵਾ ਦਿੱਤਾ ਸੀਗਾ, ਅਤੇ ਉਹਨਾਂ ਨੇ ਮੇਰੀ ਕੁੱਟਮਾਰ ਕੀਤੀ ਹੈ ਅਤੇ ਹੋਰ ਦਾਜ ਲਿਆਉਣ ਦੀ ਮੰਗ ਕਰਦੇ ਰਹੇ। ਲਾਸਟ ਟਾਈਮ ਮੇਰੀ ਕੁੱਟਮਾਰ ਕੀਤੀ ਅਤੇ ਉਸ ਤੋਂ ਬਾਅਦ ਮੇਰਾ ਡੈਡੀ ਮੈਨੂੰ ਆ ਕੇ ਇੱਥੋਂ ਲੈ ਗਿਆ ਸੀਗਾ ਅਤੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਸ ਤੋਂ ਬਾਅਦ ਪੁਲਿਸ ਨੇ ਪਰਚਾ ਦਰਜ ਕੀਤਾ ਹੋਇਆ। ਪਰਚਾ ਦਰਜ ਮੇਰੇ ਪਤੀ ਮਨਿੰਦਰ ਸਿੰਘ, ਸੱਸ ਪਰਮਿੰਦਰ ਕੌਰ, ਨਨਾਣ ਸਤਵੀਰ ਕੌਰ ਅਤੇ ਨੰਦੋਈਆ ਅਮਨਦੀਪ ਸਿੰਘ ਮੱਲਣ ਖਿਲਾਫ਼ ਪਰਚਾ ਦਰਜ ਕੀਤਾ ਹੋਇਆ। ਰਮਨਦੀਪ ਕੌਰ ਪਤਨੀ ਮਨਿੰਦਰ ਸਿੰਘ ਵਾਸੀ ਹੋਸਨਾ ਵੱਲੋਂ ਦਰਖਾਸਤ SSP ਸਾਹਿਬ ਬਹਾਦਰ ਦੇ ਨਾਲ ਦਿੱਤੀ ਸੀ, ਜੋ ਕਿ ਦਾਜ ਸੰਬੰਧੀ ਮੇਰਾ ਜਿਹੜਾ ਸਹੁਰਾ ਪਰਿਵਾਰ ਦਾਜ ਦੀ ਮੰਗ ਕਰਦੇ ਆ, ਉਹ ਦਰਖਾਸਤ ਦੀ ਪੜਤਾਲ ਦੇ ਸੰਬੰਧ ਇਹਨਾਂ ਦੇ ਖਿਲਾਫ਼ ਪਰਚਾ ਦਰਜ ਹੋਇਆ। ਕਿੰਨੇ ਬੰਦਿਆਂ ਦੀ ਗੱਲ ਕਰੀਏ ਤਾਂ ਕਿੰਨੇ ਤੇ ਇਹਦਾ? 4 ਬੰਦਿਆਂ ਦੇ ਖਿਲਾਫ਼ ਪਰਚਾ ਦਰਜ ਹੋਇਆ ਜੀ ਇਹਨਾਂ ਦੇ, ਅਤੇ ਇਹ ਪਰਚਾ ਦਰਜ ਕਰਨ ਤੋਂ ਬਾਅਦ ਜਿਹੜੀ ਅਗਲੀ ਤਫਤੀਸ਼ ਹੋਇਆ ਸਿੱਧੂ ਸਾਹਿਬ ਨੇ। ਧਾਰਾ ਸਰ ਕਿਹੜੀ ਕਿਹੜੀ ਉੱਤੇ ਚਲਾਈ? ਧਾਰਾ ਇਹਨਾਂ 'ਤੇ ਲੱਗੀ ਹੈ 498 ਏ, 406, 303। For good health, please subscribe A1 Healthcare. For better music, subscribe A1 Music. For best informational programs, please subscribe A1 Punjabi TV. And for all updated news, please subscribe A1 News.